वाहिगुरु जी का खालसा, वाहिगुरु जी की फतेह जी। फ्री मोबाइल मेडिकल यूनिट ये हैगा जी, भारतीय जागृति मंच रजिस्टर्ड पीवी मोगा। तो ये बाई जी हुणी साडे कोले सरपंच साहब ते बाई जी नाम डॉक्टर दीपक कोचर जी, ये साडे को आए तो इन्होंने दस्या भी असी साडे कोले एक बैन आ मैडिकली ਜ਼ਰੂਰਤਾਂ ਵਾਸਤੇ ਅਸੀਂ ਸੰਸਥਾ ਵੱਲੋਂ ਵਰਤਦੇ ਸੀਗੇ ਵੀ ਜੇ ਹੁਣ ਇੱਥੇ ਤੁਹਾਡੇ ਕੰਮ ਆ ਜਾਵੇ ਕਿਤੇ ਤਾਂ ਚੰਗੀ ਗੱਲ ਆ। ਅਤੇ 2011 ਮਾਡਲ ਇਹ ਐਂਬੂਲੈਂਸ ਬੜੇ ਚੰਗੇ ਤਰੀਕੇ ਨਾਲ ਸੰਭਾਲ ਕੇ ਰੱਖੀ ਹੋਈ ਹੈ ਬਾਈ ਜੀ ਉਹਨਾਂ ਨੇ। ਅਤੇ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਉਹਨਾਂ ਮੈਂਬਰਾਂ ਦੀ ਇਲਾਜ ਵਾਸਤੇ, ਹੈਲਪ ਵਾਸਤੇ ਇਹ ਡੋਨੇਟ ਕਰ ਰਹੇ ਨੇ, ਜਿਨ੍ਹਾਂ ਨੂੰ ਸੜਕਾਂ ਤੋਂ ਲੈ ਕੇ ਆਉਂਦੇ ਹਾਂ, ਜਿਹੜੇ ਸੰਗਲਾਂ ਨਾਲ ਬੰਨੇ ਹੋਏ ਸੀ ਘਰਾਂ ਦੇ ਵਿੱਚ, ਕੋਈ ਗੁਲਾਮ ਬਣਾ ਕੇ ਰੱਖੇ ਹੋਏ ਸੀ, ਕਿਸੇ ਦੇ ਕੀੜੇ ਪਏ ਹੋਏ ਸੀ, ਜਿਹੜੇ ਆਪਣੀ ਜ਼ਿੰਦਗੀ ਇਸ ਹਾਲਾਤ 'ਚ ਗੁਜ਼ਾਰਦੇ ਸੀ ਜਿਹਨੂੰ ਅਸੀਂ ਨਰਕ ਤੋਂ ਵੀ ਬਦਤਰ ਕਹਿੰਦੇ ਹਾਂ। ਪਰ ਥੈਂਕ ਯੂ ਆ ਸਾਡਾ ਸਾਰੀ ਸੁਸਾਇਟੀ ਦੇ ਮੈਂਬਰ ਸਾਹਿਬਾਨਾਂ ਦਾ ਵੀ, ਅਤੇ ਡਾਕਟਰ ਕੋਚਰ ਦਾ ਵੀ, ਸਰਪੰਚ ਸਾਹਿਬ ਦਾ ਵੀ, ਅਤੇ ਭੈਣ ਜੀ ਹੁਣਾਂ ਦਾ ਵੀ, ਜਿਨ੍ਹਾਂ ਨੇ ਇਹ ਸੋਚਿਆ ਵੀ ਇਸ ਗੱਡੀ ਨੂੰ ਸਹੀ ਥਾਂ 'ਤੇ ਯੂਟੀਲਾਈਟ ਕੀਤਾ ਜਾਵੇ ਜਿੱਥੇ ਇਹਦੀ ਸਹੀ ਵਰਤੋਂ ਹੋ ਸਕੇ। ਅਤੇ ਸਾਡੇ ਇੱਥੇ ਸੁਪਨਿਆਂ ਦੇ ਘਰ 'ਚ ਜ਼ਰੂਰਤ ਵੀ ਸੀ, ਅਸੀਂ ਛੋਟੀ ਗੱਡੀ ਲੈਣਾ ਚਾਹੁੰਦੇ ਸੀਗੇ, ਅਤੇ ਉਹ ਗੁਰੂ ਨੇ ਆਪਣੇ ਆਪ ਹੀ ਇਹਨਾਂ ਦੇ ਮਨ 'ਚ ਵੱਸ ਕੇ ਸਾਡੀ ਉਹ ਜ਼ਰੂਰਤ ਨੂੰ ਪੂਰਾ ਕੀਤਾ। ਅਤੇ ਬਹੁਤ ਧੰਨਵਾਦ ਆ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਅਤੇ ਸਰਦਾਰ ਲੇਟ ਕੇਵਲ ਕ੍ਰਿਸ਼ਨਪੁਰੀ ਜੀ ਜਿਨ੍ਹਾਂ ਦੇ ਨਾਮ 'ਤੇ ਇਹ ਸੰਸਥਾ ਨੂੰ ਫਾਊਂਡਰ ਮੈਂਬਰ ਸੀ, ਉਹ ਫਾਊਂਡਰ ਸੀਗੇ ਉਹ, ਅਤੇ ਉਹਨਾਂ ਦੇ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਇਹਨਾਂ ਦੀ ਸੰਸਥਾ ਨੂੰ ਇਸੇ ਤਰ੍ਹਾਂ ਹੋਰ ਵੱਧ ਚੜ੍ਹ ਕੇ ਅੱਗੋਂ ਸਮਾਜ ਲਈ ਸੇਵਾ ਕਰਨ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਡਾਕਟਰ ਕੋਚਰ ਵੀ ਕੁਛ ਕਹਿਣਾ ਚਾਹੁਣ? ਜਿਹੜੀ ਮਨੁੱਖਤਾ ਦੀ ਸੇਵਾ ਸੰਸਥਾ ਕੰਮ ਕਰ ਰਹੀ ਹੈ ਉਹਦੇ ਮੁਖੀ ਸਰਦਾਰ ਗੁਰਪ੍ਰੀਤ ਸਿੰਘ ਜੀ ਔਰ ਉਹਨਾਂ ਦੀ ਟੀਮ, ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਜੋ ਅੱਜ ਦੇ ਯੁੱਗ 'ਚ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਉਹ ਲੋਕਾਂ ਨੂੰ ਜਿਹੜੇ ਕਿ ਲਾਇਲਾਜ ਹੋ ਚੁੱਕੇ ਹੈ, ਘਰਾਂ ਦੇ ਵਿੱਚ ਬੰਨ ਕੇ ਰੱਖੇ ਹੈ ਔਰ ਐਸੀਆਂ ਬਿਮਾਰੀਆਂ ਨਾਲ ਪੀੜਤ ਆ, ਕੁਛ ਸਮਾਜਿਕ ਤੌਰ 'ਤੇ ਕੁਛ ਪਰਿਵਾਰਕ ਲੋਕਾਂ ਕੋਲੋਂ ਵੀ ਪੀੜਤ ਹੈ। ਬਹੁਤ ਵੱਡਾ ਉਪਰਾਲਾ, ਅਸੀਂ ਇੱਕ ਛੋਟਾ ਜਿਹਾ ਇੱਕ ਸਮੁੰਦਰ ਦੇ ਵਿੱਚ ਇਹ ਜਿਹੜੀ ਵੈਨ ਅਸੀਂ ਦੇ ਕੇ ਇੱਕ ਸਿਰਫ ਬੂੰਦ ਦਾ ਕੰਮ ਕਰ ਰਹੇ ਹਾਂ ਔਰ ਮੇਰੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਇਹ ਸੰਸਥਾ ਚੜ੍ਹਦੀ ਕਲਾ 'ਚ ਰਹੇ, ਦਿਨ ਦੁੱਗਣੀ ਰਾਤ ਉੱਨਤੀ ਕਰੇ ਔਰ ਇਸੇ ਤਰ੍ਹਾਂ ਅਸੀਂ ਸਾਰੇ ਮਿਲ ਕੇ ਆਪਣੀ ਈਗੋ ਨੂੰ ਛੱਡ ਕੇ ਸਮਾਜ ਸੇਵਾ ਦੇ ਕੰਮ 'ਚ ਯੋਗਦਾਨ ਪਾਈਏ। ਬਹੁਤ ਵੱਡੀ ਜ਼ਰੂਰਤ ਹੈ ਔਰ ਇੱਥੇ ਮੈਂ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਇਹਨਾਂ ਦੇ ਨਾਲ ਨੌਜਵਾਨ ਵੀ ਕਾਫੀ ਜੁੜੇ ਆ, ਹੋਰ ਵੀ ਨੌਜਵਾਨ ਇੱਥੇ ਆਉਣ, ਦੇਖਣ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਹੈ ਉਹ ਵਿਲੱਖਣ ਹੈ। ਅਸੀਂ ਵੀ ਕੰਮ ਕਰਦੇ ਹਾਂ, ਅਸੀਂ ਵੀ ਮੋਗਾ ਵਿੱਚ ਸਿਵਲ ਹਸਪਤਾਲ ਵਿੱਚ ਰੋਜ਼ਾਨਾ 15 ਸਾਲ ਤੋਂ ਖਾਣਾ ਦੇ ਰਹੇ ਹਾਂ। ਸਾਡੇ ਕੋਲ 40 ਦੇ ਕਰੀਬ ਫਾਦਰਲੈਸ ਬੱਚੀਆਂ ਅਡੋਪਟ ਕੀਤੀਆਂ ਹੋਈਆਂ, ਆਈ ਕੈਂਪ ਲਗਾਉਂਦੇ ਹਾਂ ਔਰ ਇੱਕ ਸਟਿਚਿੰਗ ਸੈਂਟਰ ਫ੍ਰੀ ਚੱਲ ਰਿਹਾ। ਪਰ ਇਹਨਾਂ ਦਾ ਜਿਹੜਾ ਕੰਮ ਹੈ ਬਹੁਤ ਹੀ ਵੱਡਾ ਕੰਮ ਹੈ, ਮੈਂ ਫਿਰ ਇੱਕ ਵਾਰ ਇਹਨਾਂ ਨੂੰ ਮੁਬਾਰਕਬਾਦ ਦਿੰਦਾ, ਉਸ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਇਹ ਸੰਸਥਾ ਚੜ੍ਹਦੀ ਕਲਾ 'ਚ ਰਹੇ। ਧੰਨਵਾਦ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਹੁਤ ਧੰਨਵਾਦ ਆ ਜੀ, ਫਿਰ ਤੋਂ ਜੀ ਇਹ ਤਾਂ ਮੇਲ ਮਿਲਾਉਣ ਵਾਲਾ, ਇਹ ਤਾਂ ਸ਼ੁਰੂਆਤ ਆ, ਆਪਾਂ ਹੋਰ ਰਲ ਕੇ ਸਾਡੀ ਕੋਸ਼ਿਸ਼ ਹੋਊ ਤੁਹਾਡੇ ਨਾਲ। ਚਲੋ ਗੁਰੂ ਕਿਰਪਾ ਕਰਨ ਜੀ, ਤੁਹਾਨੂੰ ਸਾਡੇ ਸਰਪੰਚ ਸਾਹਿਬ ਚਾਬੀਆਂ ਲੈ ਰਹੇ ਨੇ, ਇਹ ਉਹ ਰੱਬੀ ਰੂਹਾਂ ਨੇ ਜੀ ਜਿਨ੍ਹਾਂ ਦੇ ਕਰਕੇ ਅਸੀਂ, ਜਿਨ੍ਹਾਂ ਦੇ ਸਦਕਾ ਅਸੀਂ ਇਹ ਸਾਰਾ ਕੁਛ ਕਰ ਪਾ ਰਹੇ ਹਾਂ। 40-45 ਸਾਲ ਬਾਪੂ ਜੀ ਗੁਲਾਮ ਰਹੇ, ਕੁੱਟ ਖਾਂਦੇ ਰਹੇ, ਹੱਥ ਪੈਰ ਤੜਵਾਏ, ਇਹ ਵੀ ਬਾਪੂ ਜੀ ਕਰੀਬ 40 ਸਾਲ ਦੇ ਆਸ ਪਾਸ ਮਾਨ ਸਨਮਾਨ ਦੇ ਰਹੇ ਹਨ, ਇਹ ਬਹੁਤ ਵੱਡੀ ਸਾਡੀ ਇਹੀ ਕੋਸ਼ਿਸ਼ ਸੀਗੀ ਜੀ ਵੀ ਇਹਨਾਂ ਨੂੰ ਵੀ ਇੱਕ ਸਮਾਜ ਦਾ ਇਹ ਹਿੱਸਾ ਸਮਝਣ ਆਪਣੇ ਆਪ ਨੂੰ ਵੀ ਸਾਡੀ ਵੀ ਵੈਲਿਊ ਸਮਾਜ ਦੇ ਵਿੱਚ ਰੁਤਬਾ। ਬਿਲਕੁਲ ਬਿਲਕੁਲ, ਮੇਰੀ ਗੱਲ ਹੈ, ਤੁਸੀਂ ਹਰ ਨੂੰ ਇੱਕ ਪਰਿਵਾਰਕ ਮੈਂਬਰ ਬਣਾਇਆ ਔਰ ਹਰ ਦੀ ਗੱਲ ਮੈਂ ਦੇਖਦਾ ਉਹਨਾਂ ਤੁਹਾਨੂੰ ਜ਼ੁਬਾਨੀ ਯਾਦ ਹੈ ਔਰ ਉਸ ਨੂੰ ਤੁਸੀਂ ਇੱਕ ਰਿਸ਼ਤਾ ਦਿੱਤਾ ਹੋਇਆ, ਸਭ ਤੋਂ ਵੱਡੀ ਗੱਲ। ਬਿਲਕੁਲ ਜੀ, ਸਾਡੇ ਪਿਓਾਂ ਦੇ ਸਮਾਨ ਆ ਜੀ, ਸਾਡੇ ਉਸ ਸਮਾਜ ਦੇ ਵਿੱਚ ਦੇਖੋ ਗੱਲ ਸਮਝਣ ਦੀ ਆ, ਕਹਿੰਦੇ ਸ਼ਰਮ ਅਤੇ ਠੰਡ ਨਾ ਮੰਨਣ ਦੀ ਆ, ਵੀ ਜੇ ਆਪਾਂ ਮੰਨੀਏ ਤਾਂ ਆਪਾਂ ਨੂੰ ਇਹ ਸਾਡੇ ਵੀ ਪਿਓ ਹੀ ਆ, ਜੇ ਨਹੀਂ ਮੰਨੀਏ ਤਾਂ ਕਿ ਲੋਕ ਆਪਦੇ ਪਿਓ ਨੂੰ ਵੀ ਨਹੀਂ ਪਿਓ। ਹਰ ਵੀਡੀਓ ਜਾਂਦੇ ਹਾਂ ਪਹਿਲਾਂ ਹੀ ਕਹਿੰਦੇ ਆ ਕਿਸੇ ਨਾਲ ਰਿਸ਼ਤਾ ਕਰਕੇ ਆਵਾਜ਼ ਮਾਰਦੇ ਹਾਂ, ਜਦੋਂ ਮਾਰਦੇ ਹਾਂ। ਬਿਲਕੁਲ ਬਿਲਕੁਲ, ਕੋਈ ਨਹੀਂ, ਸਾਡੇ ਲਾਇਕ ਵੀ ਹੋਵੇ ਜਦੋਂ ਮਰਜ਼ੀ ਦੱਸੋ। ਧੰਨਵਾਦ ਤੁਹਾਡਾ ਜੀ, ਤੁਹਾਡੀ ਸੁਸਾਇਟੀ ਦਾ, ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਉੱਧਰ ਦੇ ਸਰਪੰਚ ਆ, ਉੱਧਰ ਦੇ ਬੈਠੋ, ਇਹਨੂੰ ਗੈਸ ਤੇ ਐਵਰੇਜ ਬਹੁਤ ਵਧੀਆ। ਚੜ ਗਿਆ ਬਾਪੂ ਗੋਪਾਲ ਸਾਡਾ, ਲੈ ਵੀ ਬਾਪੂ ਹੁਣ ਇੱਥੇ ਲਾਉਣੀ ਚਾਬੀ, ਬਾਪੂ ਇਹਦੇ ਵਿੱਚ ਲੱਗਣੀ ਯਾਰ।
ਚੱਕ ਬਾਪੂ ਚੱਲਿਆ ਤੂੰ ਬਾਏ ਬਾਏ ਸਤਿ ਸ੍ਰੀ ਅਕਾਲ ਚੰਗਾ ਬਾਪੂ ਫਿਰ ਸਤਿ ਸ੍ਰੀ ਅਕਾਲ ਬਾਏ 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 ਮਰੀਜ਼ ਲੈ ਕੇ ਚੱਲੇ ਬਾਪੂ ਨੇ ਦੂਰ ਹੋ ਕੇ